ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਲਗਾਤਾਰ ਵਿਰੋਧ ਹੋ ਰਿਹਾ ਜਿਸ ਤੋਂ ਬਾਅਦ ਹੁਣ ਜਸਟਨ ਟਰੂਡੋ ਨੇ ਇਸ ਮਾਮਲੇ ਤੇ ਚੁੱਪੀ ਤੋੜਦੇ ਹੋਏ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਟਰੱਕ ਡਰਾਈਵਰਾਂ ਦੇ ਵੱਲੋਂ ਜੋ ਬਿਆਨਵਾਜ਼ੀ ਕੀਤੀ ਜਾ ਰਹੀ ਹੈ ਉਹ ਨਫ਼ਰਤ ਭਰੀ ਬਿਆਨਵਾਜ਼ੀ ਆ ਅਤੇ ਮੈਂ ਇਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਾਂਗਾ ਹੋਰ ਕੀ ਕਿ ਕੁਝ ਕਿਹਾ ਜਸਟਨ ਟਰੂਡੋ ਨੇ ਜ਼ਰਾ ਤੁਸੀਂ ਵੀ ਦੇਖੋ ਇਹ ਖਬਰ ਬਾਤ ਹੈ ਕਿ ਸਨਾਨਾ ਦੇ ਮੁੱਦੇ ਤੇ ਬਿਨਾ ਮੰਗੇ ਸਲਾਹ ਦੇਣ ਵਾਲੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਰਾਜਸਥਾਨੀ ਉਟਾਵਾਂ ਤੇ 50 ਹਜ਼ਾਰ ਟਰੱਕ ਚਾਲਕਾਂ ਦੀ ਅਗਵਾਈ ਚ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਆਪਣੀ ਚੁੱਪੀ ਤੋੜੀ ਹੈ। ਕੈਨੇਡਾ ਦੇ ਪੀਐਮ ਨੇ ਕਿਹਾ ਕਿ ਇਹ ਟਰੱਕ ਚਾਲਕ ਨਫ਼ਰਤ ਨਾਲ ਭਰੀ ਬਿਆਨਵਾਜੀ ਕਰ ਰਹੇ ਨੇ ਅਤੇ ਇਸ ਕਾਰਨ ਤੋਂ ਉਹ ਫ੍ਰੀडम ਕਾਨਵੋਏ ਮਤਲਬ ਆਜ਼ਾਦੀ ਕਾਫਲਾ ਨਾਲ ਮੁਲਾਕਾਤ ਨਹੀਂ ਕਰਨਗੇ। कोरोना पॉजिटिव ਹੋਏ ਟਰੂਡੋ ਨੇ ਕਹਾ ਕਿ ਉਹ ਇਹ ਟਰੱਕ ਡਰਾਈਵਰਾਂ ਨੂੰ ਮਿਲਣ ਦੀ ਬਜਾਏ ਬਲੈਕ ਲਾਈਵਸ ਮੈਟਰ ਅੰਦੋਲਨ ਦੇ ਲੋਕਾਂ ਦੇ ਨਾਲ ਮੁਲਾਕਾਤ ਕਰਨਾ ਪਸੰਦ ਕਰਨਗੇ ਟਰੂਡੋ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਲੋਕ ਹੈਰਾਨ ਨੇ ਅਤੇ ਇਮਾਨਦਾਰੀ ਨਾਲ ਕਹਾ ਤਾਂ ਰਾਸ਼ਟਰੀ ਰਾਜਧਾਨੀ ਦੇ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਵਿੱਚ ਕੁਝ ਲੋਕਾਂ ਦੇ ਵਿਵਹਾਰ ਤੋਂ ਉਹ ਨਾਰਾਜ਼ ਨੇ ਕੈਨੇਡਾ ਦੇ ਪੀਐਮ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਕਦੋਂ ਮਿਲਣ ਜਾ ਰਹੇ ਨੇ ਤਾਂ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਅਜੇ ਹੀ ਕਿਸੇ ਪ੍ਰਦਰਸ਼ਨ ਦੇ ਵਿੱਚ ਜਾਣ ਦੀ ਇੱਛਾ ਨਹੀਂ ਹੈ ਜਿੱਥੇ ਨਫ਼ਰਤ ਭਰੇ ਭਾਸ਼ਣ ਦਿੱਤੇ ਜਾ ਰਹੇ ਨੇ ਅਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨਾਲ ਹਿੰਸਾ ਕੀਤੀ ਜਾ ਰਹੀ ਹੈ ਐਂਡ ਕੈਨੇਡੀਅਨਸ ਐਟ ਹੋਮ ਵਾਚਿੰਗ ਇਨ ਡਿਸਗਸਟ ਐਂਡ ਡਿਸਬੀਲੀਫ ਐਟ ਥਿਸ ਬਿਹੇਵੀਅਰ ਵੰਡਰਿੰਗ ਹਾਊ ਥਿਸ ਕੁਡ ਹੈਵ ਹੈਪਨਡ ਇਨ ਆਰ ਨੇਸ਼ਨਸ ਕੈਪੀਟਲ ਆਫਟਰ ਏਵਰੀਥਿੰਗ ਵੀਵ ਬੀਨ ਥਰੂ ਟੂਗੇਦਰ this is not the story of our pandemic, of our country, of our people. canada is strong because you are strong. pendant près de deux ans, les canadiens ont fait preuve de force, de générosité et de respect. vous avez démontré votre courage. vous avez fait d'énormes sacrifices. For nearly two years, You've been there for each other as neighbours, friends, and fellow Canadians. I think of the moms and dads who looked after their families, the kids who stepped up in so many different ways, seniors who stayed strong in our darkest days, volunteers throughout our communities who supported our most vulnerable, frontline workers from truckers to store clerks who've kept our shelves stocked and made sure we have food on our tables. Healthcare heroes who've saved countless lives and continue to do so. We know you're tired, and yet you do not stop. You inspire us. Canadians support you. We're in your corner. All of you, you are the story of this pandemic. Not the convoy. Cette pandémie, c'est aussi l'histoire de millions de personnes qui ont fait les bons choix, qui se sont fait vacciner et qui ont fait des sacrifices pour assurer leur sécurité et celle des autres. Je peux vous dire que je vais continuer d'encourager les gens à se faire vacciner, que ce soit pour les doses de rappel ou les vaccins pour les enfants. Je vais continuer d'être là pour vous. ਸੋਦਾ ਦੇ ਕੇ ਜਸਟਨ ਟਰੂਡੋ ਨੇ ਸਫਾਈ ਦਿੱਤੀ ਹੈ ਕਿ ਉਹ ਨਿੱਜੀ ਤੌਰ ਤੇ ਕਈ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋਏ ਨੇ ਜਦੋਂ ਉਹ ਪ੍ਰਦਰਸ਼ਨਕਾਰੀਆਂ ਦੇ ਟੀਚੇ ਦੇ ਨਾਲ ਸਹਿਮਤ ਸਨ ਇਸ ਵਿੱਚ ਬਲੈਕ ਲਾਈਵਜ਼ ਮੈਟਰ ਸ਼ਾਮਿਲ ਹੈ ਹਾਲਾਂਕਿ ਉਹਨਾਂ ਨੇ ਟਰੱਕ ਚਾਲਕਾਂ ਦੀ ਅਸਹਿਮਤੀ ਨੂੰ ਖਾਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਟਰੱਕ ਚਾਲਕ ਨਾ ਸਿਰਫ ਵਿਗਿਆਨ ਦਾ ਅਸਮਾਨ ਕਰ ਰਹੇ ਨੇ ਸਗੋਂ ਫਰੰਟ ਮੋਰਚੇ ਤੇ ਤਾਇਨਾਤ ਸਿਹਤ ਵਰਕਰਾਂ ਦਾ ਵੀ ਅਪਮਾਨ ਕਰ ਰਹੇ ਨੇ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਕਰੀਬ 90% ਟਰੱਕ ਚਾਲਕ ਸਹੀ ਕੰਮ ਕਰ ਰਹੇ ਨੇ ਅਤੇ ਕੈਨੇਡਾ ਦੇ ਲੋਕਾਂ ਲਈ ਉਹਨਾਂ ਦੇ ਟੇਬਲ ਤੇ ਖਾਣਾ ਪਹੁੰਚੰਦਾ ਕੰਮ ਵੀ ਕਰ ਰਹੇ ਨੇ। ਇਸ ਤੋਂ ਪਹਿਲਾਂ ਇਹਨਾਂ ਟਰੱਕ ਚਾਲਕਾਂ ਨੂੰ ਜਸਟਨ ਟਰੂਡੋ ਨੇ ਮੁੱਠੀ ਪਰ ਅਰਾਜਿਤ ਤਤਾਂ ਦਾ ਝੁੰਡ ਕਰਾ ਦਿੱਤਾ ਸੀ ਉਹਨਾਂ ਨੇ ਸੰਸਦ ਨੇੜੇ ਨਾਜ਼ੀ ਝੰਡਾ ਲਹਿਰਾਉਣ ਦੀ ਵੀ ਆਲੋਚਨਾ ਕੀਤੀ ਇਸ ਦੌਰਾਨ ਇਹ ਪ੍ਰਦਰਸ਼ਨ ਲਗਾਤਾਰ ਹੋਰ ਵਧਦਾ ਜਾ ਰਿਹਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੱਕ ਚਾਲਕ ਅਲਬਰਟਾ ਦੇ ਵਿੱਚ ਇਕੱਠੇ ਹੋ ਰਹੇ ਨੇ ਅਤੇ ਕੈਨੇਡਾ ਤੇ ਅਮਰੀਕਾ ਵਿੱਚ ਘਾਹ ਰਸਤੇ ਨੂੰ ਜਾਮ ਕਰ ਰਹੇ ਨੇ ਕਰੀਬ 20000 ਟਰੱਕਾਂ ਦੇ ਇਸ ਕਾਫਲੇ ਨੂੰ ਪ੍ਰਦਰਸ਼ਨਕਾਰੀਆਂ ਨੇ ਫਰੀਡਮ ਕਨਵੋਏ ਨਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਜਗ੍ਹਾ ਤੇ ਟਰੱਕਾਂ ਦੇ ਇਹ ਦੁਨੀਆ ਦਾ ਸਭ ਤੋਂ ਵੱਡਾ ਜਾਮ ਹੈ ਖਬਰਾਂ ਮੁਤਾਬਕ ਪੂਰੇ ਕੈਨੇਡਾ ਤੋਂ ਕਰੀਬ 1 ਹਫਤੇ ਦੀ ਲੰਮੀ ਯਾਤਰਾ ਕਰਨ ਦੇ ਬਾਅਦ ਇਹ ਵੱਡੇ ਟਰੱਕ ਰਾਜਸਥਾਨੀ ਉਟਾਵਾਂ ਦੇ ਵਿੱਚ ਪਹੁੰਚੇ ਇਹ ਲੋਕ ਕਰੋਨਾ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਅਤੇ ਕੋਵਿਡ ਪਾਬੰਦੀਆਂ ਦਾ ਜ਼ੋਰਦਾਰ ਵਿਰੋਧ ਕਰ ਰਹੇ ਨੇ ਪ੍ਰਦਰਸ਼ਨ ਦੇ ਅਜ਼ੋਜ਼ਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਦੋਲਨ ਸ਼ਾਂਤੀਪੂਰਨ ਹੋਵੇਗਾ ਪਰ ਇੰਨੀ ਭੀੜ ਦੇ ਸਾਹਮਣੇ ਪੁਲਿਸ ਬੇਬਸ ਨਜ਼ਰ ਆ ਰਹੀ ਹੈ ਪੁਲਿਸ ਨੇ ਕਿਹਾ ਕਿ ਉਹ ਇਸ ਸੰਕਟ ਲਈ ਤਿਆਰ ਨਹੀਂ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਡੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ